सबर रखिया कर दिला, सबर दा ही फल मिठा है। जिहड़ा कुछ सबर तो बाद मिलदा ना, उन्हूं कोई खो नहीं सकदा। लो भाई जी, अज की क्लास फिर शुरू हो गई। आइटम जी इन्हें नंबर देने, इन्ने नंबर आ बाल्टी मिलने, इन्ने इनू मिलने, तो आ दास ने रिजल्ट क्ढना। पोंडू दास होरी रिजल्ट क्ढन गए, चार दिन बाद पता लग जू की बनता है, कि कम लोट है, खाल भरया वे, लैट है नहीं। भाई जी जिहड़ा तुसीं इह स्वैटर देख रहे हो ना, वी शेप, ये विआह वेले दा वीरियो, उदों रिश्तेदारियां च घूमन नूं परफ्यूमां दीआं महकां आउंदीआं सी, ते अज कल इह मेरे नाल पुंडां दी सेवा निभा रहा है, स्परे करा रहा है, ठंड तों बचा रहा है। इहने खेड़ा नहीं छड्डना, ना पाटे हुण, ना उच्चा होवे टाइम टप के, ना कद वधना, भाई हुण तां इह सिवियां तक साथ निभाऊगा, गल मुक्की है। नहीं हुण वी डाएंग लत्तां डाला विचाले, इहनूं कहिंदे आ बई 240 दा कमाल है, बाथू होया गोडियां पार है, सिट गया तुहानूं बई। नहीं मैं सुनिया थोड़े घर दे तीन तीन वारी नहाउंदे, मैं ते मेरे ताए तो आ स्परे वाले भूंड लोट नहीं आउंदे, ठीक है ता, ठीक है, ये लोट क्यों नहीं आउंदे? लोट पर चल ही जांदा काम, मैनू लगदा कणक आपां नूं बड़ा तंग करी जांदी है ना झोने नालों, चार स्परेयां झोने ते हुंदियां ते पंज कणक ते कर देंगे आपां ता। गल बणी की पई है, रब ने दित्ता गाजरां विचे मूल रख, विचे रंबी रख, सिर चकना तां मिलना ही नहीं, खेस ਤਾਂ ਪੱਟੂ ਸ਼ੌਂਕ ਨੂੰ ਹੀ ਲਿਆਉਂਦਾ, ਬੁੱਕਰ ਤਾਂ ਹੱਥ ਨਹੀਂ ਮਾਰੂ ਜਾਣ ਲੱਗਿਆ, ਕਿਉਂਨੀ ਠੰਡ ਨਾਲੇ ਹੁਣ ਤੈਨੂੰ ਭੁੱਲ ਜਾ ਤੂੰ, ਹੁਣ ਤਾਂ ਅਰਦਾਸ ਕਰ ਰੱਬਾ ਮੀਂਹ ਪਾ ਦੇ ਤਾਂ ਠੀਕ ਹੈ, ਨਹੀਂ ਤ੍ਰੇਪਾ 'ਚ ਆਉਣ ਦੀ ਰੁੱਤ ਆ ਗਈ, ਹੈਂ ਤਰਸਾਂਗੇ ਧੁੰਦ ਨੂੰ ਤਾਇਆ, ਚਾਰ ਦਿਨ ਜਿਹੜੇ ਵਧੀਆ ਰਹਿ ਗਏ ਮਹੀਨਾ ਪਾ ਦੇਈ, ਅਤੇ ਹੁਣ ਤਾਂ ਕਲਪਣਾ ਹੀ ਟੱਪੂ ਜ਼ਿੰਦਗੀ, ਗਰਮੋ ਗਰਮੀ ਹੋ ਜਾਣਾ ਕੰਮ, ਪਤਾ ਹੀ ਨਹੀਂ। ਉਹ ਤਾਇਆ ਤੈਨੂੰ ਬੋਲੀ ਸੁਣਾ ਵਾ, ਕਹਿੰਦਾ ਵਾਰੀ ਵਰਸੀ ਖੱਟਣ ਗਿਆ ਸੀ, ਖੜ ਕੇ ਲਿਆਂਦਾ ਤਾਂਤਰਾ, ਜੇ ਚਿੱਤ ਕਰਦਾ ਤਾਇਆ ਤਾਂ ਖਾਲਾ ਸੰਤਰਾ, ਹੈ ਠੀਕ ਹੈ। ਬਾਈ ਜੀ ਟਾਈਮ ਟਾਈਮ ਦੀ ਗੱਲ ਹੈ, ਕਦੇ ਇਹਨੂੰ ਗੱਤੇ ਵਾਲੀ ਪੇਟੀ 'ਚ ਲਿਆਏ ਸੀ ਪੈਕਿੰਗ ਨੂੰ ਬਾਈ, ਅਤੇ ਅੱਜ ਬਾਈ ਮਿੱਟੀ 'ਚ ਰੰਗ ਰੰਗ ਉੱਡਿਆ ਪਿਆ। UPL ਦਾ ਸਪਲਾਈਜ਼ਰ ਹੈ, ਝੋਨੇ ਵੇਲੇ ਗੱਲਾਂ ਬਾਤਾਂ ਹੁੰਦੀਆਂ ਸੀ ਬਾਈ, ਅੱਜ ਕੱਲ੍ਹ ਵਿਚਾਰਾ ਕੱਖ ਬਣ ਕੇ ਰਹਿ ਗਿਆ, ਸਿਰਫ ਕਾਗਜ਼ੀ। ਉਹ ਤਾਇਆ ਠੰਡਾ ਪਾਣੀ ਨਾ ਪੀ ਜਾ, ਨਮੂਨੀਆ ਆ ਜਾਓ, ਤੈਨੂੰ ਠੰਡਾ ਪਾਣੀ ਦਾ ਇਲਾਜ ਵੀ ਹੈਗਾ ਨਾਲ, ਇਲਾਜ ਤਾਂ ਹੈਗਾ, ਬੱਦਲ ਆਸੇ ਬਾਈ ਚੜ੍ਹੇ ਫਿਰਦੇ ਪਤੰਦਰਾ, ਤੂੰ ਹਾਕੀ ਚੱਕੀ ਫਿਰਦਾ ਨਾਗਮਣੀ, ਹੈ ਤਾਂ ਨਾਗਮਣੀ ਚੱਕੀ ਫਿਰਦਾ, ਮਰ ਜਾਣਾ ਖੋਲ ਖਾਂ, ਕੀ ਬਣਾਈ ਫਿਰਦਾ, ਸੌਦੇ ਵਾਲੀ ਪੁੜੀ ਆ ਜਾਵਾਂ, ਹੈ ਮੈਨੂੰ ਵਿਖਾ ਕੀ ਚੱਕੀ ਫਿਰਦਾ ਜਦੋਂ ਚੱਕੀ ਫਿਰਦਾ ਭੈੜਾ ਪੱਟੂ ਬਈ। ਇੱਧਰ ਸਾਡੇ ਗਵਾਂਢੀ ਬਈ GCB ਲਾਈ ਬੈਠੇ ਆ, ਪੱਧਰ ਕਰੀ ਤੁਰੀ ਆਉਂਦੇ ਆ, ਖਿੱਚੇ ਆਉਂਦੇ ਆ, ਇਹੀ ਰਹਿ ਗਏ ਸੀ ਵਾਹਣ ਪੱਧਰ ਕਰਨ ਨੂੰ, ਲੇਟ ਸੁਣੀ ਤਾਂ ਸੁਣੀ ਜਾਂਦੀ ਨਾ, ਕਹਿੰਦੇ 12 ਸਾਲਾਂ ਮੈਂ ਰੂੜੀ ਦੀ ਵੀ ਸੁਣੀ ਜਾਂਦੀ ਨਾ, ਔੜ ਗਈ ਇਹਨਾਂ ਨੂੰ ਵੀ ਫਿਰ ਵੀ ਦੁਨੀਆਂ ਵਸਦੀ। ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ, ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ, ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ 'ਚ ਮੇਲੇ, ਆ ਸੋਹਣਿਆ ਵੇ ਜੱਗ, ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ, ਚੱਲ ਗਏ ਸੋਹਣਿਆ, ਵਾਹ ਜੀ ਵਾਹ। ਛੱਤ ਡਿੱਗੀ ਆ ਕਦੋਂ ਦੀ ਚੰਦਰਿਆ ਤੇਰੀ, ਵੇ ਵਾਲੀ ਵਾਰਸ ਤੇਰਾ ਕੋਈ ਬਣਿਆ ਹੀ ਨਹੀਂ, ਕੋਈ ਵਾਲੀ ਵਾਰਸ ਨਹੀਂ ਬਣਿਆ ਬਈ। ਦੇਖੋ ਓਨਲੀ ਗਾਡਰ ਲੌਂਕੀ ਜਾਂਦੀ ਹੈ, ਇਕੱਲੀ ਚੈਨਰ ਪਤਲਾ ਜਾ, ਕੁੱਡੇ ਖੁੱਲ੍ਹੇ ਆ, ਜਿੰਦੇ ਲੱਗੇ ਹੈ, ਮੰਜੇ ਹੋਰੀ ਬਾਹਰ ਪਿਆ ਬਈ, ਜੇਲ੍ਹਾਂ ਬਣੀਆਂ ਪਈਆਂ ਮੰਜਿਆਂ ਦੀਆਂ, ਆਏ ਹਾਂ ਬਈ ਕੰਮ। ਬਾਈ ਜੀ ਨਿੱਕੀ ਨਿੱਕੀ ਕਣੀ ਡਿੱਗੀ ਜਾਂਦੀ ਹੈ,
ਤੇ ਸਾਨੂੰ ਪਾਣੀ ਲਾਉਣਾ ਵੀ ਮਜਬੂਰੀ ਬਣੀ ਪਈ ਹੈ ਕਿਉਂਕਿ ਬਈ ਮਹੀਨਾ ਹੋ ਗਿਆ ਪਾਣੀ ਕਣਕ ਪਾਲੀ ਜਾਂਦੀ ਹੈ ਤੇ ਰੱਬ ਦਾ ਹੁਣ ਕੀ ਪਤਾ ਕਿੱਦੇ ਮੂਡ ਬਣੂ ਝੜੀ ਲਾਉਣ ਦਾ ਜਿੰਨਾ ਚਿਰ ਝੜੀ ਨਹੀਂ ਲਾਉਂਦਾ ਉਨਾ ਚਿਰ ਬਈ ਗੱਲ ਨਹੀਂ ਬਣਦੀ ਇਸੇ ਕਰਕੇ ਮੋਟਰ ਦੇ ਆਪਾਂ ਨਜ਼ਦੀਕ ਜਾ ਰਹੇ ਹਾਂ ਤੇ ਮੋਟਰ ਚਲਾ ਰਹੇ ਹਾਂ ਅੱਜ ਦਿਨ ਦੀ ਲਾਈਟ ਹੈ ਰੱਬਾ ਪਾ ਦੀ ਵੀ ਮਗਰੋਂ ਪਾ ਦੀ ਕੋਈ ਚੱਕਰ ਨਹੀਂ ਗਾ ਪਾਣੀ ਲਾ ਲੈਣ ਦੇ ਚਲੋ ਜੀ ਚੱਲ ਪੀ ਹੁਣ ਤੂੰ ਤਿੰਨ 'ਤੇ ਪਾਣੀ ਬਾਹਰ ਮਾਰਨਾ ਮੈਂ ਤਿੰਨ ਗਿਣਦਾ 1 2 3 ਵੈਰੀ ਗੁੱਡ ਸ਼ਾਬਾਸ਼ ਜੀਓ ਲਓ ਬਾਈ ਜੀ ਆਪਾਂ ਅੱਜ ਮੰਜੇ ਆਪਣੇ ਨੂੰ ਲਵਾ ਤੀ ਧੁੱਪ ਟੁੱਟ ਜਾਣਗੇ ਸਾਰੇ ਦੁੱਖ ਕੋਲੇ ਡਾਹਲਿਆ ਕਿਉਂਕਿ ਚੂਹਾ ਪਾਰਟੀ ਨੇ ਕੱਢਾਂ ਬਹੁਤ ਕਰਤੀਆਂ ਬਈ ਪਾਣੀ ਦਾ ਕੋਈ ਪਤਾ ਨਹੀਂ ਕਦੋਂ ਨਿਕਲ ਜਾਏ ਇੱਧਰ ਕੀੜਿਆਂ ਦੀ ਫੌਜ ਵੀ ਪਹੁੰਚ ਗਈ ਬਈ ਉਹਨਾਂ ਨੇ ਵੀ ਭੌਣ ਭੁਣ ਕਰਤੇ ਵਾਹ ਵਾ ਇਸ ਵਾਸਤੇ ਮੋਰਚਾ ਉੱਤੇ ਹੀ ਲਾਉਣਾ ਪੈਣਾ ਜਿੰਨਾ ਚਿਰ ਪਾਣੀ ਆਪਾਂ 2 ਘੇਰੇ ਗਾਂਹ ਲਾਉਣੇ ਆ ਆਹ ਦੇਖੋ ਤੁਸੀਂ ਬਾਰਡਰ ਵਾਲਾ ਕੰਮ ਬਣ ਗਿਆ ਵੀ ਸਾਰਾ ਬੋਰੀਆਂ ਬੋਰੀਆਂ ਕਰਤੀਆਂ ਉਰਿਆ ਇੱਧਰ ਆ ਜਾ ਇਹਨੂੰ ਬਈ ਕਹਿੰਦੇ ਆ ਛੋਟਾ ਜਰਮਨ ਪਿਓਰ ਤਾਂ ਨਹੀਂ 2 ਨੰਬਰ ਦਾ ਜਰਮਨੀ ਹੈ ਇਹ ਆ ਜਾ ਹਟ ਸਾਡੇ ਆਲੂਆਂ ਨੂੰ ਕੋਰੇ ਨੇ ਆ ਮਾਰਿਆ ਅਤੇ ਪਾਣੀ ਕਣਕ ਨੂੰ ਲੇਟ ਹੋਈ ਜਾਂਦਾ 2 ਦਿਨਾਂ ਦਾ ਕੋਰੇ ਨੇ ਮਾਰਤਾ ਬਈ ਐਂ ਕਰਤੇ ਜਿਵੇਂ ਰਾਊਂਡ ਅਪ ਛਿੜਕੀ ਹੁੰਦੀ ਹੈ ਕਾਹਦਾ ਮਾਣ ਦਿਲਾ ਓਏ ਦੁਨੀਆ 'ਤੇ ਚਿਹੜੇ ਨਾਲ ਬਹਿੰਦੇ ਉਹ ਪੰਡ ਜਾਂਦੇ ਕੋਈ ਆਪਣਾ ਬਣਾਇਆ ਨਹੀਂ ਬਣਦਾ ਹੋ ਜਿਹੜੇ ਬਣਦੇ ਉਹ ਵੀ ਛੱਡ ਜਾਂਦੇ ਹੋ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ ਨਹੀਂ ਬਾਕੀ ਸਾਰੇ ਜਾਣੇ ਕੌੜਾ ਕੌੜਾ ਵੇਂਦੇ ਬੱਲੀਏ ਲੈ ਬਈ ਪੱਕੇ ਆਸਾਂ ਲਾਈ ਬੈਠੇ ਆ ਇਹਨਾਂ ਨੂੰ ਪਤਾ ਨਹੀਂ ਗੱਭਰੂ ਦੀ ਮੋਟਰ ਚੱਲੀ ਜਾਂਦੀ ਆ ਕਿਆਰਾ ਬਦਲਣ ਆਇਆ ਉੱਠ ਖੜ ਚੰਗਾ ਚਾਹੁੰਦਾ ਤਾਂ ਲੈ ਭੱਜ ਜਾ ਭਲਵਾਨ ਸੀ ਚਾਹੁੰਦਾ ਤਾਂ ਬੱਲੇ 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 ਉਹ ਪੱਠੇ ਵੱਢਦਾ ਤਰੇਲੇ ਵੱਢਦਾ ਏ ਮੇਰਾ ਯਾਰ ਨਹੀਂ ਜਦੋਂ ਖਾਧਾ ਹੋਵੇ ਹਰੀਪੁਰੇ ਵਾਲਾ ਫਿਰ ਬੰਦਾ ਬਹਿੰਦਾ ਪੱਪਾਂ ਭਾਰ ਨਹੀਂ ਹੁਣ ਤਾਂ ਤਾਏ ਭਲਾਂ ਦੀ ਟਰਾਲੀ ਭਰਾ ਲਾ ਕਿ ਨਹੀਂ ਵੱਢੀ ਆਈਆਂ ਹੁਣ ਤਾਈ ਆਏ ਮਰ ਜਾਣਾ ਪੈਂਦੀ ਆ ਪੀਂ ਜਾਵਾਂ ਠੰਡ ਠੰਡ ਵੀ ਹੈ ਕਿ ਨਹੀਂ ਲੱਗਦੀ ਹਵਾ ਚੱਲ ਰਹੀ ਅੱਜ ਠੰਡ ਮਹਿਸੂਸ ਲੀੜਾ ਤਾਂ ਗੱਭਰੂ ਨੇ ਪੂਰਾ ਵਲੇਟਿਆ ਇਹਨੂੰ ਪਾਲਾ ਕਿੱਥੋਂ ਲੱਗਦਾ ਕੱਲੀ ਛਾਤੀ ਤੋਂ ਕਿ ਪੈਰਾਂ ਤੋਂ ਮਰਦਾ ਜਿਹੜੇ ਹਿਸਾਬ ਨਾਲ ਹਾਲਾਤ ਤਾਂ ਸਾਰੇ ਕਿਸਮ ਜਿਹੋ ਜਿਹਾ ਸਮਾਨ ਆਉਂਦਾ ਉਹ ਹਿਸਾਬ ਨਾਲ ਸਾਰੇ ਪਾਸੇ ਮਰਦਾ ਕਿ ਨਹੀਂ ਸਰੀਰ ਨੂੰ ਤਾਕਤ ਨਹੀਂ ਮਿਲ ਰਹੀ ਪੂਰੀ ਕਿ ਨਹੀਂ ਤਾਂ ਨਾਂ ਦੇ ਰਹਿ ਗਏ ਕਿ ਨਹੀਂ ਸਹੀ ਕੋਈ ਸਮਾਨਾ ਨਹੀਂ ਮਿਲ ਰਿਹਾ ਬਈ ਖੁਰਾਕ ਤਾਇਆਂ ਦਾ ਘੱਟ ਮਿਲਦੀ ਹੈ ਸਾਨੂੰ ਅਤੇ ਠੰਡ ਤਾਂ ਕੀ ਨੇੜ ਦੀ ਲੰਘ ਜੇ ਕਿ ਨਹੀਂ ਇਹ ਜਿਹਾ ਠੰਡਾ ਤਾਂ ਊਂ ਚੱਬ ਜਾਣ ਚੁੱਪ ਰਾ ਹਾਂ ਡੰਗ ਲਾਉਂਦਾ ਉਹ ਚੱਲਦੇ ਰਹਿਣਾ ਜ਼ਿੰਦਗੀ ਐਵੇਂ ਰੁਕੀਦਾ ਨਹੀਂ ਹੁੰਦਾ ਉਹ ਕੈਮ ਰਹੀਦਾ ਤਾਇਆ ਐਵੇਂ ਟੁੱਟੀਦਾ ਨਹੀਂ ਹੁੰਦਾ ਬੋਲੇ ਤਾਇਆ ਸਪਰੇ ਕਰੀਏ ਨਾ ਲੈ ਫੜ ਫਿਰ ਲੈ ਚਲ ਬਾਲਟੀ ਸੋਹਣਿਆ ਸੱਜਣਾ ਉਹ ਮੈਂ ਚੱਕ ਕੇ ਲਿਆਉਣਾ ਕਿਵੇਂ ਮੌਸਮ ਕੀ ਜਾਂਦਾ ਅੱਜ ਫਿਰ ਠੀਕ ਆ ਇਹ ਬਾਈ ਤਾਇਆ ਕਹਿੰਦਾ ਮੈਂ ਛਿੜਕਾਊਂਗਾ ਤੇਰਾ ਸਪਰੇ ਇਹਨੇ ਪਹਿਲਾਂ ਜਾਣਾ ਜੀ ਸਰੋਂ 'ਤੇ ਕਰਨ ਕੀ ਕਰਨ ਜਾਣਾ ਜੀ ਗੋਡੀ ਪਾਉਣੀ ਪੁੱਟਾਂ ਨੇ ਸਰੋਂ ਨੂੰ ਫਿਰ ਆਹਦਾ ਅੱਜ ਯਾਰ ਮੌਸਮ ਠੰਡਾ ਅਤੇ 4 ਵਜੇ ਤੁਸੀਂ ਸਪਰੇ ਛਿੜਕਾ ਦੇਣਾ ਕਿ ਨਹੀਂ ਕੁਛ ਨਹੀਂ ਹੁੰਦਾ ਦੂਜਾ ਕੰਮ ਬਾਅਦ 'ਚ ਕਰੇਗਾ ਠੀਕ ਆ ਇਹ ਕੰਮ ਜ਼ਰੂਰੀ ਹੈ ਹੈ ਹੱਥ ਨੇ ਕਹਿੰਦਾ ਠੰਡ ਲੱਗ ਗਈ ਚੁੱਭਰਾ ਬਸ ਸਟੋਰੀਆਂ ਕੌਣ ਪਾਊਗਾ ਕਿ ਨਹੀਂ ਇਹ ਸਿੱਧਾ ਖਿਆਲ ਰੱਖਦਾ ਪੱਟੂ ਘੈਂਟ ਬੰਦਾ ਬਾਈ ਜੀ ਸਾਲ ਹੋ ਗਿਆ ਕੱਸੀ ਦਾ ਪਾਣੀ ਬੰਦ ਹੋਏ ਨੂੰ ਅਤੇ ਖਾਲ ਹੋ ਰਹੀ ਨਾ ਵਿਚਾਰੇ ਹੁਣ ਰੋਈ ਜਾਂਦੇ ਆ ਕਿਉਂਕਿ ਬਾਈ ਭਾਂਡਾ ਨਾ ਚੱਲਦਾ ਹੀ ਚੰਗਾ ਰਹਿੰਦਾ ਨਹੀਂ ਤਾਂ ਜੰਗਾਲ ਪੈ ਜਾਂਦੀ ਹੈ ਖਤਮ ਹੋ ਗਈ ਗੱਲ ਦੇਖ ਭਾਈ ਕਣਕੇ ਸਾਨੂੰ ਤੈਨੂੰ ਦੂਰੀ ਉਰੀ ਭਰਨ ਦਾ ਕੋਈ ਸ਼ੌਂਕ ਨਹੀਂ ਪਰਸੋਂ ਲਾਈਟ ਹੀ 3-4 ਘੰਟੇ ਪਹਿਲਾਂ ਉੱਠ ਗਈ ਸੀ ਨਹੀਂ ਤਾਂ ਤੈਨੂੰ ਸਿਰੇ ਲਾ ਦੇ ਤੇਰਾ ਕੇਰਾ ਅੱਧ ਵਿਚਾਲੀ ਰਹਿ ਗਿਆ ਹੁਣ ਪੀਲੀ ਹੋਣਾ ਨਾ ਹੋਣਾ ਉਹ ਤੇਰੀ ਮਰਜ਼ੀ ਹੈ ਇਹਨੇ ਤਾਂ ਮਾਂ ਦੀ ਧੀ ਨੇ ਧਾਰ ਮਾਰ ਹੀ ਦੇਣੀ ਹੈ ਮਿੰਟ 2 ਰਹਿ ਗਈ
ਉਹ ਤੜਕੇ ਦਾ ਲੱਭਦਾ ਫਿਰਦਾ ਸੱਜਣਾ ਮੈਨੂੰ ਤੂੰ ਨੀ ਦਿਸਿਆ ਬੱਦਲਾਂ ਨੇ ਲਕੋਲਿਆ ਤੈਨੂੰ ਤਾਈਓ ਤੇਰਾ ਮੂੰਹ ਨੀ ਦਿਸਿਆ ਤਾਈਓ ਤੇਰਾ ਮੂੰਹ ਨੀ ਦਿਸਿਆ। ਬਾਈ ਜੀ ਸਿਆਣੇ ਆਉਂਦੇ ਆ ਖੱਡ 'ਚ ਪੈਰ ਨਾ ਮਾਰੋ। ਜੀ ਤਾਂ ਨਹੀਂ ਕਰਦਾ ਬਈ ਪਰ ਮੇਰੇ ਸਾਲੇ ਦੀਆਂ ਚੂਹੇ ਦੀਆਂ ਖੱਡਣਾ ਜਿਹੜੀਆਂ ਇਹ ਪੈਰ ਮਾਰੇ ਬਿਨਾਂ ਵੀਰੇ ਕਾਹਨੂੰ ਤੇ ਆਉਂਦੀਆਂ ਅਤੇ ਪਾਣੀ ਕਿੱਥੋਂ ਨਿਕਲਦਾ ਅਤੇ ਖੱਡ ਕਿਹੜੇ ਪਾਸੇ ਪਈ ਹੁੰਦੀ ਹੈ ਇਹ ਗੱਲਾਂ ਸਮਝੋ ਬਾਹਰ ਆ ਵੀਰਿਓ। ਲੈ ਬਈ ਖੰਭਾ ਸਿਆਂ ਹੁਣ ਤੇਰੇ ਸਾਰਾ ਸਮਾਨ ਪੂਰਾ ਕਰਤਾ ਤੈਨੂੰ ਬਣਦੀਆਂ ਪਹਿਲਾਂ ਇੱਕ ਖਿੱਚ ਸੀ ਹੁਣ ਤੇਰੀਆਂ ਬਣਦੀਆਂ ਜੀ ਤਿੰਨ ਤਿੰਨੇ ਪਾਸਿਓਂ ਸਪੋਰਟਾਂ ਲਾ ਦੀਆਂ ਅਤੇ ਜੇ ਹੁਣ ਵੀ ਪਰੇ ਨੂੰ ਚੁਗਿਆ ਨਾ ਫਿਰ ਤੇਰੇ ਨਾਲ ਹੁੰਦਾ ਦੇਖੀ ਕੀ ਹੈ। ਹੁਣ ਆਪਦਾ ਵਾਲੀ ਵਾਰਸ ਤੂੰ ਆਪ ਹੈ ਸਿੱਧਾ ਖੜਾ ਰਹਿ ਇਸੇ 'ਚ ਭਲਾਈ ਹੈ। ਕਹਿੰਦਾ ਜਿੱਥੇ ਥਾਂ ਥਾਂ 'ਤੇ ਜਿੰਦੇ ਲੱਗੇ ਵੀ ਉਹਨੂੰ ਪੰਜਾਬ ਕਹਿੰਦੇ ਨੇ। ਪੰਜਾਬ ਬਹੁਤ ਵਧੀਆ ਬਈ ਪਰ ਮਾਹੌਲ ਖਰਾਬ ਹੋ ਗਿਆ ਜਿੰਦਿਆਂ ਤੱਕ ਨੌਬਤਾਂ ਆ ਗਈਆਂ ਕਿੱਡੀ ਕੁ ਤਾਂ ਚੀਜ਼ ਆ ਹਾਲਾਤਾਂ ਨੇ ਮਜਬੂਰ ਕਰਤੇ ਲੋਕ ਬਈ।